ਤੇ ਸੰਤ ਤੇਰੇ ਹਨ ਤੂੰ ਸੰਤਾਂ ਦਾ ਸੰਤ ਰਾਮ ਮੈਂ ਧੀਰ ਕਛ ਨਾਹੀਂ ਏਕ ਜਾਣ ਕੇ ਵੀ ਮੈਂ ਲਾਸ ਕਰੋਰੀ ਹਾਂ ਤੇਰੇ ਸੇਵਕ ਦਾ ਭਾਵ ਕਿਸ ਨਾਹੀਂ ਹੇ ਪਰਮੇਸ਼ਰ ਤੇਰੇ ਸੇਵਕਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਸੱਤ ਪ੍ਰਕਾਰ ਦਾ ਭੈ ਭਾਵੇਂ ਮੰਨਿਆ ਹੈ ਲੋਕਾਂ ਨੇ ਗ੍ਰੰਥਾਂ ਕਾਰਨ ਜਾਂ ਭੈ ਪ੍ਰਲੋਕ ਪੈ ਜਨਮ ਦੇ ਬਿਨਾਂ ਜਾਤ ਅਨਰਚਿਆਨ ਗੁਪਤ ਪਾਇਆ ਅਕਸ ਮਾਤਰ ਭੈ ਸਾਤ ਇਹ ਸੱਤੇ ਪ੍ਰਕਾਰ ਦਾ ਕੋਈ ਵੀ ਭੈ ਨਹੀਂ ਲੱਗਦਾ ਪਿਆਰਿਆਂ ਨੂੰ ਹੋਰ ਤਾਂ ਕੀ ਹੋਣਾ ਸੀ ਜਮਦੂਤ ਵੀ ਨੇੜੇ ਨਹੀਂ ਆ ਸਕਦਾ ਸੋ ਗੁਰੂ ਕੇ ਪਿਆਰੇ ਜਨਨ ਜੱਟ ਨੇ ਰਾਮ ਸਿੰਘ ਨੂੰ ਭੇਜ ਕੇ ਸ਼ਾਹੂਕਾਰ ਦੇ ਕਲਿਆਣ ਕਰਵਾ ਦਿੱਤੀ ਸੀ ਨਹੀਂ ਸੀ ਜਮਦੂਤ ਨੇੜੇ ਆ ਸਕਿਆ ਤੇ ਭਾਈ ਸੰਗਤ ਜੀ ਨੇ ਅੱਗੇ ਗੁਰੂ ਨਾਨਕ ਦੇਵ ਦਾ ਹੁਕਮ ਮੰਨ ਕੇ ਬੈਠ ਗਿਆ ਸੀ ਅਚਲ ਬਕਾਲੇ ਨਹੀਂ ਸੀ ਰੋਮ ਸਾਰ ਸਕੀ ਜਮਦੂਤ ਨੇੜੇ ਨਹੀਂ ਸੀ ਆ ਸਕਿਆ ਨੀਲੇ ਨੂੰ ਅੱਡੀ ਲਾ ਕਰਕੇ ਭੱਠੇ ਤੇ ਚੜਾ ਕੇ ਭਗਤ ਸਾਹਿਬ ਬਣਾ ਦਿੱਤਾ ਫੇਕ ਨਹੀਂ ਸੀ ਗੁਰੂ ਕੇ ਪਿਆਰੇ ਕਾਲ ਅੱਗ ਲਾ ਸਕੇ ਐਸਾ ਸਤਿਗੁਰੂ ਪਰਮੇਸ਼ਰ ਜੀ ਨੇ ਕਿਰਪਾ ਹੋਵੇ ਜਮਦੂਤ ਨੇੜੇ ਨਹੀਂ ਆ ਸਕਦਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਮੀਤ ਅਣਾਉਣਾ ਤੂੰ ਮੈਂ ਛੁੱਟਿਆ ਮਿਰਚ ਨਾ ਜਾਇਓ ਦੂਤ ਧਰਮ ਰਾਜ ਵੀ ਹੱਥ ਜੋੜ ਕੇ ਬੇਨਤੀਆਂ ਕਰਦਾ ਜਦ ਕਾਲ ਮਿਲਿਆ ਦੇ ਭੇਡ ਫੇਰ ਸਮਿਤ ਹੋਈ ਰਹਾ ਰਹਾ ਵਿਸਰਾਮ ਦੇ ਕੇ ਫਰਮਾਉਂਦੇ ਹਨ ਸਤਿਗੁਰੂ ਜੋ ਤੇਰੇ ਰੰਗ ਰਾਤੇ ਸਵਾਮੀ ਹੇ ਸਵਾਮੀ ਮਾਲਕ ਜੋ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਗਏ ਹਨ ਜਨਮ ਮਰਨ ਦੁੱਖ ਨਾਸਾ ਜਿਨ੍ਹਾਂ ਦਾ ਜੰਮਣ ਤੇ ਮਰਨ ਦਾ ਜਿਨ੍ਹਾਂ ਦੁੱਖ ਉਹ ਵੀ ਨਾਸਾ ਚਲਿਆ ਗਿਆ ਤੇ ਜੰਮਣ ਤੇ ਮਰਨ ਦਾ ਤੇ ਜੰਮਣ ਤੋਂ ਲੈ ਕੇ ਮਰਨ ਤੱਕ ਜਿਨ੍ਹਾਂ ਦੁੱਖ ਹੈ ਸਾਰਾ ਨਾਸਾ ਭਾਵ ਹੋ ਗਿਆ ਪਰਮੇਸ਼ਰ ਤੇਰੀ ਬਖਸ਼ ਨੂੰ ਕੋਈ ਖੋ ਨਹੀਂ ਸਕਦਾ ਮੇਟ ਨਹੀਂ ਸਕਦਾ ਜਿਨ੍ਹਾਂ ਤੇ ਦਇਆ ਕਰਦੇ ਨੇ ਇਹ ਸਤਿਗੁਰ ਦਾ ਦਿਲਾਸਾ ਭਰੋਸਾ ਹੈ ਪਿਆਰੇ ਨੇ ਮਨ ਵਿੱਚ ਇਹ ਦਿਲਾਸਾ ਧੀਰਜ ਦਿੱਤੀ ਹੈ ਸਤਿਗੁਰ ਜੀ ਨੇ ਨੌਵੇਂ ਪਾਤਸ਼ਾਹ ਨੂੰ ਅੱਠਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਦਿੱਤੀ ਹੈ ਦਿੱਲੀ ਤੋਂ ਸੰਕਲਪ ਨਾਲ ਹੀ ਗੁਰੂ ਕੇ ਪਿਆਰੇ ਬਾਈ ਦੇ ਧਾਰੀ ਪਖੰਡੀ ਜ਼ੋਰ ਲਾ ਕੇ ਥੱਕ ਗਏ ਅਖੀਰ ਸੋ ਉਹਨਾਂ ਦੀ ਬੁਰੀ ਹਾਲਤ ਹੋਈ ਕੈਸੀ ਹਾਲਤ ਨਾਲ ਉਹਨਾਂ ਦਾ ਮਰਨਾ ਹੋਇਆ ਭਾਵੇਂ ਆਪਣੀ ਗੁਰਿਆਈ ਨੂੰ ਪ੍ਰਗਟ ਕਰਨ ਵਾਸਤੇ ਲੋਕਾਂ ਨੇ ਗੋਲੀਆਂ ਵੀ ਚਲਾਈਆਂ ਧੰਨ ਸੱਚੇ ਪਾਤਸ਼ਾਹ ਦੀ ਧੀਰਜ ਭਲੋ ਧੀਰ ਮਲ ਭਲੋ ਰੇ ਭਲੋ ਧੀਰ ਮਲ ਭਲੋ ਰੇ ਕਹਿ ਕਰਕੇ ਸਤਿਗੁਰੂ ਗਰੀਬ ਨੂੰ ਅੱਜ ਨੇ ਸਤਿਕਾਰਿਆ ਹੀ ਹੈ ਜੋ ਪੰਜਵੇਂ ਸ਼ੁਰੂ ਬਚਨ ਕਹੇ ਸੀ ਉਹਨਾਂ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ ਨਾ ਤੋਂ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬਹਿ ਰਾਈ ਇਹਨਾਂ ਪੂਰਨਿਆਂ ਤੇ ਚੱਲੇ ਮੱਖਣ ਛਾਲ ਬਾਣੇ ਵਰਗਿਆਂ ਨੇ ਭਾਵੇਂ ਗੁਰੂ ਕੇ ਗੁਰ ਸਿੱਖਾਂ ਨੇ ਜਿਹੜਾ ਡੇਰਾ ਲੁੱਟ ਕੇ ਗਿਆ ਲਿਆ ਸੀ ਧੀਰ ਮਲ ਉਹਨੂੰ ਖੋਹ ਕੇ ਵਾਪਸ ਲਿਆਂਦਾ ਸਤਿਗੁਰ ਜੀ ਨੇ ਫਿਰ ਵਾਪਸ ਕਰਵਾ ਦਿੱਤਾ ਐਸੀ ਨਿਮਰਤਾ ਹੈ ਸਤਿਗੁਰ ਕਾ ਦਿਲਾਸਾ ਐਸੀ ਧੀਰ ਦੇਵਤੀ ਹੈ ਤੇਰੀ ਬਖਸ਼ਣਾ ਮੇਟਾ ਕੋਈ ਹੇ ਪਰਮੇਸ਼ਰ ਜਿਨ੍ਹਾਂ ਤੇ ਤੂੰ ਬਖਸ਼ਿਸ਼ ਕਿਰਪਾਲਤਾ ਕਰਦੇ ਨੇ ਕਿਰਪਾ ਕਰਦੇ ਨੇ ਉਸ ਬਖਸ਼ ਨੂੰ ਕੋਈ ਮੇਟਣ ਨੂੰ ਸਮਰੱਥ ਨਹੀਂ ਹੋ ਸਕਦਾ ਭਾਵੇਂ ਬਾਈ ਮੰਡੀਆਂ ਲਾ ਕਰਕੇ ਬੈਠ ਗਏ ਪਖੰਡੀ ਧੂੰਏ ਦੇ ਪਹਾੜ ਦੇ ਬੱਦਲ ਦੀ ਤਰ੍ਹਾਂ ਉੱਡ ਗਏ ਨਾਮ ਧਿਆਨ ਸੁਖ ਫਲ ਪਾਏ ਨਾ ਜਿਹੜੇ ਭਾਈ ਨਾਮ ਧਿਆਨ ਨਾਮ ਜਿਹੜਾ ਪ੍ਰਸਿੱਧ ਹੈ ਤੇ ਨਾਮ ਜੋ ਵਾਹਿਗੁਰੂ ਮੰਤਰ ਹੈ ਨਾਮ ਉਹ ਜਿਹਦੇ ਚ ਰੱਤੀ ਮਾਤਰ ਮੋਹ ਵੀ ਨਹੀਂ ਹੈ ਜੇ ਮੋਹ ਹੁੰਦਾ ਤਾਂ ਬਾਜਾਂ ਵਾਲੇ ਵੀ ਰੋ ਪੈਂਦੇ ਸੱਚੇ ਪਾਤਸ਼ਾਹ ਰੋਏ ਨਹੀਂ ਮਾਛੋਵਾੜ ਦੇ ਜੰਗਲਾਂ ਵਿੱਚ ਵੀ ਭਾਵੇਂ ਸੂਲਾਂ ਦੀਆਂ ਸੇਜਾਂ ਤੇ ਦਿਨ ਗੁਜ਼ਾਰੇ ਭਾਵੇਂ ਲੰਮੇ ਜਗਪੁਰੇ ਗਏ ਟਾਹਲੀ ਸਾਹਿਬ ਗੁਰਦੁਆਰੇ ਉੱਥੇ ਉਸ ਝੋਟੀਆਂ ਦਾ ਦੁੱਧ ਚੁਆ ਕੇ ਵਿਖਾ ਦਿੱਤਾ ਗਲੀਆਂ ਛੇਕ ਵਾਲੇ ਗੜਵੇ ਵਿੱਚ ਚੋ ਕੇ ਵਿਖਾਇਆ ਐਸੀ ਕਿਰਪਾ ਕੀਤੀ ਸਤਿਗੁਰ ਰੇਤਾ ਪਾਇਆ ਨਿਕਲ ਜਾਂਦਾ ਹੈ ਤੇ ਦੁੱਧ ਦਾ ਭਰ ਕੇ ਵਿਖਾ ਦਿੱਤਾ ਸਤਿਗੁਰ ਨੂੰ ਕਿਉਂ ਨਹੀਂ ਸੀ ਦਿੱਤਾ ਰਾਜਕੋਟ ਦੇ ਲਾਗੇ ਗੁਰਦੁਆਰਾ ਹੈ ਉੱਥੇ ਜਾ ਕਰਕੇ ਰਾਜਕਲੇ ਨੇ ਸੁਨੇਹਾ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਉਸ ਵੇਲੇ ਗੁਰੂ ਕੇ ਪਿਆਰੇ ਤੀਰ ਦੇ ਨਾਲ ਕਾਹੀ ਦਾ ਬੂਟਾ ਪੱਟ ਕਰਕੇ ਜ਼ੁਲਮ ਰਾਜ ਦੀਆਂ ਜੜਾਂ ਪੱਟੀਆਂ ਪਰ ਵਿਰਾਗ ਨਹੀਂ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕਹੇ ਹਨ ਸਤਿਗੁਰੂ ਗਰੀਬ ਨੂੰ ਆਜ ਨੇ ਜਿਸ ਦੀ ਬਾਸਕ ਕਿਸ ਆਗਿਆ ਰਾਖਾ ਪ੍ਰਭ ਕੀ ਆਗਿਆ ਮਾਨਾ ਮਾਥਾ ਇਹ ਬਚਨ ਕਹਿ ਕਰਕੇ ਸਤਿਗੁਰੂ ਗਰੀਬ ਨੂੰ ਆਜ ਨੇ ਸ਼ੁਕਰ ਕੀਤਾ ਅਕਾਲ ਪੁਰਖ ਦਾ ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੋਈ ਹੈ ਮਾਛੂਵਾੜ ਦੇ ਜੰਗਲਾਂ ਵਿੱਚ ਸੂਲਾਂ ਦੀਆਂ ਸੇਜਾਂ ਤੇ ਪੈ ਕਰਕੇ ਢੋਲੇ ਪਿਆਰੇ ਪਰਮੇਸ਼ਰ ਨੂੰ ਯਾਦ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ ਐਸਾ ਜਿਹੜਾ ਨਾਮ ਉਹ ਜਿਹਦੇ ਵਿੱਚ ਨਹੀਂ ਹੈ ਮੋਹ ਪਰਮੇਸ਼ਰ ਦੇ ਨਾਮ ਵਿੱਚ ਅਤੇ ਪਰਮੇਸ਼ਰ ਵਿੱਚ ਨਾਮੀ ਨਾਲ ਉਹ ਨਾਮ ਵੱਡਾ ਹੋਇਆ ਕਰਦਾ ਹੈ ਉਹਦਾ ਪਤਾ ਕਿਵੇਂ ਹੈ ਜਿਵੇਂ ਆਪਾਂ ਇੱਥੇ ਬੈਠੇ ਹਾਂ ਕਿਸੇ ਵੀ ਸਿੰਘ ਦਾ ਨਾਮ ਲੈ ਕੇ ਕੋਈ ਬਾਹਰੋਂ ਮਿੱਤਰ ਦੋਸਤ ਆਵਾਜ਼ ਮਾਰਦਾ ਨਾਮੀ ਇੱਥੇ ਬੈਠਾ ਜੇ ਸਰੀਰ ਇੱਥੇ ਹੈ ਅਤੇ ਜਿਹੜਾ ਉਹਦਾ ਨਾਮ ਹੈ ਕਿਸੇ ਸਿੰਘ ਦਾ ਉਹ ਗੁਰੂ ਕੇ ਪਿਆਰੇ ਉਸ ਸਿੰਘ ਦੇ ਮੂੰਹ ਵਿੱਚ ਹੈ ਕੌਣ ਰੂਪ ਹੋ ਕਰਕੇ ਕੰਨ ਵਿੱਚ ਵੀ ਪ੍ਰਵੇਸ਼ ਹੁੰਦਾ ਹੈ ਇੰਨੀ ਸ਼ਕਤੀ ਉਸ ਨਾਮ ਵਿੱਚ ਹੈ ਕਿ ਨਾਮੀ ਨੂੰ ਉਠਾ ਕੇ ਉਹ ਨਾਮ ਉਚਾਰਨ ਵਾਲੇ ਦੇ ਕੋਲ ਲੈ ਜਾਂਦਾ ਹੈ ਇਸੇ ਤਰ੍ਹਾਂ ਨਾਮ ਹੈ ਵਾਹਿਗੁਰੂ ਮੰਤਰ ਨਾਮੀ ਹੈ ਦਸੇ ਸਰੂਪ ਜਦੋਂ ਨਾਮ ਨੂੰ ਜਪਾਂਗੇ ਦਸੇ ਸਰੂਪ ਆਪਣੇ ਆਪ ਹੀ ਹਿਰਦੇ 'ਚ ਸਾਖਿਆਤ ਹੋਣਗੇ ਮੱਖਣ ਸ਼ਾਹ ਲਵਾਣੇ ਨੇ ਨਾਮੀ ਨੂੰ ਗੁਰੂ ਕੇ ਪਿਆਰੇ ਯਾਦ ਕੀਤਾ ਨਾਮ ਨੂੰ ਯਾਦ ਕੀਤਾ ਨਾਮੀ ਦੇ ਨਾਮ ਨੂੰ ਯਾਦ ਕੀਤਾ ਨਾਮੀ ਤਾਂ ਦੇਹ ਸੀ ਨਾਮੀ ਨੂੰ ਯਾਦ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪ ਨਾਮੀ ਨੂੰ ਯਾਦ ਕਰਕੇ ਪਾਣੀ 'ਚ ਮੋਢਾ ਲਾ ਕਰਕੇ ਗੁਰੂ ਕੇ ਪਿਆਰੇ ਜਹਾਜ਼ ਬੰਨੇ ਲਾਇਆ ਐਸੀ ਨਾਮ ਦੀ ਪ੍ਰਸਿੱਧਤਾ ਹੈ ਮਸ਼ਹੂਰ ਹੈ ਜਿਹਦੇ ਵਿੱਚ ਮੋਹ ਨਹੀਂ ਹੈ ਰੱਤੀ ਮਾਤਰ ਅਤੇ ਨਾ ਆਮ
आम नाम है मैल का, जिसे विषय विकार रूपी मैल भी नहीं, ते ना आम नाम है परपंच का, परपंच नाम है संसार का, संसार भी जगत परमेश्वर नहीं है। ऐसे नाम कहते त्यौहार से आते हैं सुख फल पाए न। सुख फल केड़ा है? आत्मा आनंद जां ब्रह्म ज्ञान की प्राप्ति रूप, परोख ज्ञान की प्राप्ति रूप ऐसे फल नूं पाए न। पिछे पाउंदे सी पांच पौंदियां, पांच पाउणगे अगे नूं। आठ पहर पंज बाणियां नूं नितनेम कर लिया ते जा के तराड़े मार के सौ गया, इन्ने नाल नहीं सरना। आठ पहर अच्छे पहरी आराधना करो, ऊर्त बैरत सोबत नाम कहो नानक जन कै सरकाम, इस तरह जपो वाहेगुरू नूं। सन्मुख अकाल पुरख की बेनती कह रहे हैं सतगुरु जी, हे परमेश्वर तेरी सरण विच आ करके तेरा प्रवासे उटासरे रह के पंच दोष लै साध, पंच दोष करो लोह मोहकार आदिक, इन्हां नूं लै करन रूप साधा है, साध लिया है। लै अभाव करन रूप साधा है, सिद्ध कर लिया है, इन्हां नूं वस विच कर लिया है। हुण इंद्रियां किसे प्रकार भी किसे पासे नहीं जांदियां, संकोच नहीं हन सारियां इंद्रियां। ऐसा दुष्टां नूं काम करो लो मोहकार नूं, सब स्पर्श रूप रस गंध नूं, इन्हां नूं साध लिया वसीकरण करन रूप। ध्यान किस कर्म ना जाना, हे परमेश्वर ना तां सानूं संख्यां दे मत अनुसार कोई ज्ञान है, ते ना सानूं सतगुरु सच्चे पातशाह पतंजलियां दे मत अनुसार कोई ध्यान है, ना सानूं निर्गुण दे च, ना सानूं कोई निर्गुण दा ज्ञान है, ते ना सानू कोई सरगुण का ध्यान करना आता है। किस कर्म ना जाना, ते ना कर्म ही किसी प्रकार का कोई नित निमित प्राश्चित, इस तरह कामक निषेध आदिक, ये सानू कर्म भी कोई नहीं करना आता। जग आदिक भी सार ना जाना तेरी, परमेश्वर तेरी सार ज्ञात भी नहीं जानते, तेनू सार असी तेरी सूझ भी नहीं समझन की बुझन भी जानते, तेरी सार ना जाना, तेरी खबर भी असी कोई नहीं जानते कि तुझे नहीं मिलता। ऐसे असी अज्ञानी हाँ, ते निम्रता पूर्वक बचना सतगुरु जी दे। सबसे वड्डा सतगुर नानक, ये पंगतियां जगजीतसू मुख द्वारा बेनतियां कीतियां कि सिखा इस तरह बेनतियां कर, अकाल पुरख के चरणों में सारे तो वड्डे सतगुर जो सत त्रैकाल बाद रूप है, सत सदा रहन वाले हैं, गुर चेतन स्वरूप जो परमेश्वर है, गुरु नानक देव जी सारे तो वड्डे हैं। जिन कल राखी मेरी, जिन्होंने कल दुगले ध्यान समय से साड़ी पैर प्रतिज्ञा रख रहे, ये सतगुरु गरीब नवाज सच्चे पातशाह ने प्यारियों सिखा धीर देने वास्ते ये शब्द उच्चारण किया। जिस वे तिरत जी ने पकार फरियाद की, तो इस शब्द का अवतार बेअंत है, सारे अवतारों का निर्णय, छह प्रकार के अवतार, पांच प्रकार का निर्णय उन्होंने, अगे किमें किमें करामातां विखाईआं, किस तरह निर्णय के विच। सो सतगुरु गरीब नवाज ने सारे नाल अपने बल शक्ति ताकत में दुनिया च प्रगटाया, अकाल पुरख लड़ कौम नूं किवें लाया, वो सारा इस दिखाउंदा है। सो कुछ मिनटों वास्ते सो हुण जो गुजरी राज विच जिस चल रही कथा है लड़ीवार, थोड़े मिनटों वास्ते दर्शन करके सुनो। गुजरी महला चौथा घर दूजा एक ओंकार सरगुर प्रसाद हर बिन जियरा रह ना सकै। गुजरी राज दे चौथे पातशाह दूजे घर सरकार दे चार जन त्रियो रहत रूप ब्रह्म जाति जाति कोई गत भेद रहत है, देश काल वस्तु प्रसिद्ध रहत है, ओंकार मंगल रूप है, ओंकार कारण सुरक्षा करने वाला, ओंकार सारा प्रकाश है, सतगुरां दी सत सदा रहन वाला, गुर चेतन स्वरूप है, प्रसाद आनंद स्वरूप है, पर विशेष करके साग स्वादों तो परे है, जिहड़ा जपदा है उहनूं स्वादों तो परे कर दिंदे हन। कहिंदे प्राप्त किवें हुंदा, कहिंदे सतगुर प्रसाद, सतगुरां दे प्रसाद कृपा करके प्राप्त हुंदा परमेश्वर। विराजमय सतगुरु सच्चे पातशाह उपदेश दिंदे हन सतगुरु अकाल पुरख के चरणां नाल ध्यान नूं जोड़न वास्ते, कि जो सतगुरु का अपना प्रगटावा भी दस दिन, कहते हर दिन हरि परमेश्वर को बिना जीरा हरदा रह नहीं सकता। बालक खीर आधारी, जिन्हें बालक बच्चा खीर के आधारी आसरे खीर नाम दुध का है, दुध के आसरे दुध दुनिया वाला बच्चा रहा है, इस तरह हे परमेश्वर असी आप जी उपदेश रूपी दुध तो बिना बात नहीं फायदे, तेरे नन्हे छोटे बच्चे हम अगोचर प्रभ गुरमुख पाई है। ओ गुरु के प्यारे जो प्रभु परमेश्वर है, ते शास्त्रा की गमता तो परे है, मन की गमता तो परे है, ते इंद्रिया तो अगोचर अविषय है, विषय नहीं इंद्रिया का,
ਉਹ ਪ੍ਰਭੂ ਪਰਮੇਸ਼ਰ ਵਿਆਸ ਸਰੂਪ ਹੈ, ਗੁਰਮੁਖ ਪਾਈ ਹੈ, ਮੁਖੀ ਗੁਰੂਆਂ ਤੋਂ ਉਸਨੂੰ ਪਾਈਦਾ, ਗੁਰਮੁਖ ਤਾਜ ਨੂੰ ਧਾਰਨ ਕਰਕੇ ਪਾਈਦਾ। ਭਾਈ ਆਪਣੇ ਸਤਿਗੁਰ ਤੋਂ ਬਲਿਹਾਰ ਨੇ ਵਾਰਨੇ ਸਵੇਰ ਨੇ ਜਾਂਦੇ ਹਾਂ, ਸਾਰਾ ਕੁਝ ਵਾਰ ਦੇ ਮੈਂ ਉਹਨੂੰ ਬਲਿਹਾਰ ਕਹੀਦਾ ਹਾਂ। ਮਨ ਰੇ ਹਰ ਕੀਰਤ ਤਾਰ ਤਾਰੀ, ਮਨ ਰੇ 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 ਹੋਏ ਮੇਰੇ ਮਨ, ਆਪਣੇ ਮਨ ਦੇ ਪ੍ਰਸਾਏ ਕਹਿਣਾ। ਤਿੰਨ ਪ੍ਰਕਾਰ ਦਾ ਭਗਤਾ ਹੁੰਦਾ ਹੈ, ਇੱਕ ਉੱਤਮ ਤੇ ਇੱਕ ਮਾਧਮ ਤੇ ਇੱਕ ਕਨਿਸ਼ਟ। ਉੱਤਮ ਭਗਤਾ ਹੁੰਦਾ ਆਪਣੇ ਮਨ ਦੇ ਪ੍ਰਥਾਏ ਤੇ ਉਪਦੇਸ਼ ਸਾਰਿਆਂ ਨੂੰ ਸਾਂਝਾ ਹੋਣਾ, ਜਿਵੇਂ ਬਚਨ ਕਹੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜੋ ਹਨ, ਉਹਨੂੰ ਉੱਤਮ ਭਗਤਾ ਚਾਹੀਦਾ ਹੈ। ਆਪਣੇ ਮਨ ਨੂੰ ਸਮਝਾਉਣ ਦੇ ਬਹਾਨੇ ਤੇ ਦੂਜਿਆਂ ਦੀ ਵੀ ਕਲਿਆਣ ਕਰਨ ਵਾਲਾ ਉਪਦੇਸ਼ ਹੋਣਾ। ਤੇ ਮਾਧਮ ਭਗਤਾ ਹੁੰਦਾ ਗੰਗਾ ਤੇ ਗਏ ਤੇ ਗੰਗਾ ਰਾਮ, ਜਮੁਨਾ ਤੇ ਗਏ ਤੇ ਜਮੁਨਾ ਰਾਮ। ਜੇ ਤਾਂ ਚੰਗੇ ਟਕਾ ਵਾਲਿਆਂ ਦਾ ਪ੍ਰਚਾਰ ਸੁਣਿਆ ਤੇ ਉੱਥੇ ਵਿਰਾਗ ਨਹੀਂ ਕਰ ਦਿੱਤਾ, ਜੇ ਤਾਰੀ ਪਖੰਡੀਆਂ ਦਾ ਕਰੇ ਜੋੜ ਵੇਖਿਆ ਉੱਥੇ ਉਹੋ ਜਿਹਾ ਬੋਲ ਪਏ, ਤੇ ਜੇ ਕਦੇ ਮੋਨੇ ਧੋਨੇ ਆ ਤੇ ਇੱਥੇ ਖੰਡਨ ਨਹੀਂ ਕਰਨਾ ਗਾ, ਉਹਨਾਂ ਦਾ ਗੁਰਮਤ ਦਾ ਦ੍ਰਿੜਤਾ ਨਾਲ ਪ੍ਰਚਾਰ ਨਾ ਕਰ ਸਕਣਾ, ਤੇ ਉਹਨਾਂ ਵੱਲ ਦੇ ਪ੍ਰਚਾਰ ਕਰੀਆਂ ਬੜੇ ਚੰਗੇ ਆ ਜੀ, ਬੜੇ ਲੈ ਕੇ ਦ੍ਰਿੜਤਾ ਨਾਲ ਸੱਚ ਕਹਿਣ ਦੀ ਜ਼ਰੂਰਤ ਨਾ ਹੋਣੀ, ਉਹਨੂੰ ਮਾਧਮ ਭਗਤਾ ਕਹਿੰਦੇ ਹਨ। ਕਨਿਸ਼ਟ ਭਗਤਾ ਉਹ ਹੁੰਦਾ ਕਿਸੇ ਨੂੰ ਉਪਦੇਸ਼ ਦੇਣਾ ਤੇ ਉਹਨੇ ਧਾਰਨ ਨਾ ਕਰਨਾ, ਡਾਂਗ ਸੋਟਾ ਫੜ ਕੇ ਮਗਰ ਤੁਰੇ ਫਿਰਨਾ ਕਿ ਤੈਨੂੰ ਮੈਂ ਜ਼ਰੂਰੀ ਸਮਝਾ ਕੇ ਜਾਵਾਂਗਾ, ਉਹਨੂੰ ਕਨਿਸ਼ਟ ਭਗਤਾ ਕਹਿੰਦੇ ਆ। ਤੁਹਾਨੂੰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਉੱਤਮ ਭਗਤ ਨੂੰ ਉੱਤਮਤਾਈ ਦੇਣ ਵਾਲੇ। ਮਨ ਦੇ ਅਰਥ ਬੜੇ ਹਨ, ਮਨ ਨਾਮ ਹੈ ਪਿਆਰੇ ਦਾ, ਤੇ ਮਨ ਨਾਮ ਹੈ ਮੰਤਰ ਦਾ, ਮਨ ਨਾਮ ਹੈ ਮੰਨਣ ਦਾ, ਮਨ ਨਾਮ ਹੈ ਸ਼੍ਰੋਮਣੀ ਦਾ, ਤੇ ਮਨ ਨਾਮ ਹੈ ਗੁਰੂ ਤੇ ਪਿਆਰੋ ਮਨ ਦਾ, ਮਨ ਨਾਮ ਹੈ ਮਨ ਵਸੇ ਦਾ। ਇਹ ਵੱਖਰੇ ਵੱਖਰੇ ਪ੍ਰਕਰਨ ਹਨ, ਜਿਵੇਂ ਮਾਧ ਰਾਜ ਦੇ ਵਿੱਚ ਬਾਰਾਂ ਮਹਾਤਮਾਰੇ ਨੇ ਬਚਨ ਕਿਹਾ ਪੋਖ ਸੁਖਾਰ ਨਾਲ ਵਿਆਪਕ ਕੰਠ ਮਿਲਿਆ ਹਰ ਨਾਉ। ਹੁਣ ਸੁਖਾਰ ਨਾਮ ਹੈ ਠੰਡ ਦਾ, ਸੁਖਾਰ ਨਾਮ ਹੈ ਬਰਫ਼ ਦਾ, ਬਰਫ਼ ਤੇ ਠੰਡ ਦਾ ਅੰਤਰ ਹੁੰਦਾ ਕੁਝ ਕੁ, ਕਿਉਂਕਿ ਬਰਫ਼ ਜਿਹੜੀ ਹੈ ਉਹ ਢਿੱਲੇ ਰੂਪ ਵਿੱਚ ਤੇ ਮੋਟੇ ਆਕਾਰ ਵਿੱਚ ਦਿਸਦੀ ਹੈ, ਉਹਨੂੰ ਹੱਥ ਲਾਈਏ ਤੇ ਠੰਡ ਲੱਗਦੀ ਹੈ, ਤੇ ਠੰਡ ਵੀ ਰੁੱਤ ਹੋਵੇ ਉਹਦਾ ਆਕਾਰ ਕੋਈ ਨਹੀਂ ਹੁੰਦਾ ਤੇ ਠੰਡ ਪ੍ਰਤੀਤ ਮਹਿਸੂਸ ਹੁੰਦੀ ਸਰੀਰ ਨੂੰ। ਇਸ ਵਾਸਤੇ ਠੰਡ ਦਾ ਤੇ ਬਰਫ਼ ਦਾ, ਤੁਸਾਰ ਨਾਮ ਊਠ ਦਾ ਬੋਤੇ ਦਾ, ਤੇ ਤੁਸਾਰ ਨਾਮ ਸੰਦੂਕ ਦਾ। ਇਹ ਅਰਥ ਕਰਨ ਵਾਲਾ ਉੱਥੇ ਅਰਥ ਕਰੀ ਜਾਵੇ ਕਿ ਪੋਖ ਸੁਖਾਰ ਨਾਲ ਵਿਆਪਤਾ ਹੀ ਊਠ ਨਹੀਂ ਚੰਬੜਦਾ ਤੇ ਨਰੋਲ ਅਰਥ ਗੁਰੂ ਕੇ ਪਿਆਰੋ ਗਲਤ ਹੋਵੇਗਾ। ਸੋ ਮਹਾਰਾਜ ਆਪਣੇ ਮਨ ਦੇ ਪ੍ਰਸਾਏ ਕਹਿੰਦੇ, ਮਨ ਰਹੇ ਹਰ ਕੀਰਤ ਤਰ ਤਾਰੀ, ਇਹ ਮੇਰੇ ਮਨਾ, ਇਹ ਮਨੁੱਖ, ਇਹ ਪਿਆਰੇ ਗੁਰਸਿੱਖ, ਹਰੀ ਪਰਮੇਸ਼ਰ ਦੀ ਕੀਰਤ ਭਗਤੀ ਕਰ, ਫਿਰ ਤੂੰ ਤਰ ਤਾਰੀ, ਤਾਰੀ ਮਾਰ ਕੇ ਤਰ ਜਾ ਸੰਸਾਰ ਰੂਪੀ ਸਮੁੰਦਰ ਤੋਂ, ਆਸਾ ਰੂਪੀ ਨਦੀ ਤੋਂ ਪਾਰ ਉਤਰਨ ਵਾਸਤੇ ਆਪਣੀ ਭਗਤੀ ਰੂਪ ਬੇੜੀ ਤੇ ਚੜ੍ਹ ਕਰਕੇ ਪਾਰਲੇ ਕਿਨਾਰੇ ਤੇ ਉਤਰ ਜਾ, ਰਾਜ ਤੇ ਦਵੈਸ ਰੂਪੀ ਨਾਲਿਆਂ ਤੋਂ ਤਰਨ ਵਾਸਤੇ ਪ੍ਰੇਮ ਰੂਪੀ ਤੁਲੇ ਤੇ ਬੈਠ ਜਾ, ਸੰਸਾਰ ਰੂਪੀ ਸਮੁੰਦਰ ਤੋਂ ਤਰਨ ਵਾਸਤੇ ਵਾਹਿਗੁਰੂ ਨਾਮ ਜਹਾਜ਼ ਤੇ ਜਪਨ ਰੂਪ ਅਸਵਾਰੀ ਕਰਕੇ ਤਰ ਜਾ। ਮਨ ਦੇ ਹਰ ਕੀਰਤ ਤਰ ਤਾਰੀ, ਰੇ ਮੇਰੇ ਮਨਾਂ ਜੇ ਤੂੰ ਤਰਨਾ ਚਾਹੁੰਦਾ ਹੈ ਤਾਂ ਹਰੀ ਦਾ ਕੀਰਤ ਜਸ ਕਰਿਆ ਕਰ, ਕੀਰਤ ਭਗਤੀ ਕਰਿਆ ਕਰ, ਫਿਰ ਤੂੰ ਤਰ ਤਾਰੀ ਤਰ ਜਾਵੇਗਾ, ਤਾਰੀ ਮਾਰ ਕੇ ਆਸਾ ਰੂਪੀ ਨਦੀ ਤੋਂ। ਮਨ ਰੇ ਹਰ ਕੀਰਤ ਤਰ ਤਾਰੀ, ਤਾਰੀ ਨਾਮ ਹੈ ਬੇੜੀ ਦਾ, ਤੇ ਇਸ ਤਰ੍ਹਾਂ ਬੇੜੀ ਤੇ ਬਹਿ ਕੇ ਆਪ ਵੀ ਤਰ ਜਾ ਤੇ ਭਗਤੀ ਰੂਪ ਬੇੜੀ ਬਣਾ ਕਰਕੇ ਹੋਰਨਾਂ ਨੂੰ ਤਾਰਨ ਵਾਲਾ ਬਣ ਜਾ, ਹਰੀ ਦਾ ਕੀਰਤ ਭਗਤੀ ਦੱਸ ਕਰਕੇ। ਗੁਰਮੁਖ ਨਾਮ ਅੰਮ੍ਰਿਤ ਜਲ ਪਾਈਏ, ਭਾਈ ਗੁਰਮੁਖ ਮਾਰੀ ਬਣ ਕੇ ਅੰਮ੍ਰਿਤ ਰੂਪੀ ਨਾਮ ਜਲ ਨੂੰ ਪਾਉਣਾ ਕਰੋ ਸਤਿਗੁਰੂ ਦੇ ਪਾਸੋਂ, ਕੌਣ ਪ੍ਰਾਪਤ ਕਰਦਾ ਹੈ ਜੀ? ਕਿਰਪਾ ਮਹਾਰਾਜ ਕਹਿੰਦੇ ਭਾਈ, ਜਿਹਨਾਂ ਤੇ ਤੁਹਾਡੇ ਜਿਹਨਾਂ ਤੇ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋਵੇ ਬੇਨਤੀਆਂ ਕਰੋ, ਇਹ ਅਕਾਲ ਪੁਰਖ ਜਿਹਨਾਂ ਤੇ ਆਪ ਜੀ ਦੀ ਕਿਰਪਾ ਹੈ ਉਹੀ ਅੰਮ੍ਰਿਤ ਨਾਮ ਰੂਪੀ ਜਲ ਨੂੰ ਪਾ ਸਕਦੇ ਹਨ। ਉਸ ਪਰਮੇਸ਼ਰ ਨੂੰ ਸਾਰੀ ਸ੍ਰਿਸ਼ਟੀ ਨੂੰ ਸਮਰਨ ਕਰਦਿਆਂ ਵਿਖਾਉਂਦੇ ਹਨ, ਸਨਕ ਸੁਨੰਦਨ ਸਨਾਤਨ ਤੇ ਸੰਤ ਕੁਮਾਰ, ਇਹ ਜਿਹੜੇ ਸਾਰੇ ਹਨ ਬਰਮੇ ਦੇ ਪੁੱਤਰ। ਇੱਕ ਵਾਰੀ ਬਰਮੇ ਦਾ ਖਿਆਲ ਬਣਿਆ, ਕਹਿਣ ਲੱਗਾ ਕਿ ਪੁੱਤਰ ਤੁਸੀਂ ਆਹ ਕੰਮ ਸੰਭਾਲੋ ਤੇ ਮੈਂ ਭਗਤੀ ਕਰ ਲਵਾਂ। ਚੌਹਾਂ ਨੇ ਰਾਇ ਕੀਤੀ ਸਨਕ ਸੁਨੰਦਨ ਸਨਾਤਨ ਤੇ ਸੰਤ ਕੁਮਾਰ ਨੇ, ਕਹਿਣ ਲੱਗੇ ਬਾਪੂ ਜੀ ਸਾਨੂੰ ਸਲਾਹ ਕਰ ਲੈਣ ਦਿਓ। ਸਲਾਹ ਕੀਤੀ, ਕਹਿਣ ਲੱਗੇ ਪਿਤਾ ਨੂੰ ਕੋਈ ਦੁੱਖ ਹੋਇਆ ਸ੍ਰਿਸ਼ਟੀ ਪੈਦਾ ਕਰਦੇ ਹਾਂ, ਇਸ ਵਾਸਤੇ ਤਾਂ ਸਾਰਾ ਫਸਣ ਵਾਲਾ ਕੰਮ ਹੀ ਹੈ ਤੇ ਆਪਾਂ ਨੂੰ ਭਗਤੀ ਕਰਨੀ ਚਾਹੀਦੀ ਹੈ, ਇਹ ਕੰਮ ਨਹੀਂ ਸੰਭਾਲਣਾ ਚਾਹੀਦਾ। ਇਕੱਠੇ ਹੋ ਕੇ ਆ ਗਏ, ਕਹਿ ਲਏ ਪਿਤਾ ਜੀ ਸ੍ਰਿਸ਼ਟੀ ਦਾ ਕੰਮ ਜਿਹੜਾ ਰਚਣ ਦਾ ਇਹ ਤੁਸੀਂ ਸੰਭਾਲੋ, ਅਸੀਂ ਤਾਂ ਸੰਭਾਲ ਨਹੀਂ ਸਕਦੇ ਸਨ, ਤਾਂ ਭਗਤੀ ਚੰਗੀ ਲੱਗਦੀ ਹੈ, ਇਹ ਕਹਿ ਕਰਕੇ ਬਾਹਰ ਨਿਕਲ ਗਏ ਸੀ। ਐਸੀ ਹਾਲਤ ਹੋਈ ਸੀ। ਸੋ ਸੰਤ ਸੁਨੰਦਨ ਤੇ ਚਾਰੇ ਭਰਾ ਤੇ ਨਾਰਦ ਮੁਨੀ ਵਰਗੇ ਵੀ ਸਾਰੇ ਸਵੇਰ ਦੇ ਯਾਦ ਕਰਦੇ ਹਨ। ਜੋ ਬਨਵਾਰੀ ਸੰਸਾਰ ਬਾਗ ਦਾ ਵਾਲੀ ਹੈ ਉਹ ਉਸ ਨੂੰ ਦਿਨੇ ਰਾਤ ਜਪਦੇ ਆ, 5 ਸਾਲ ਦੀ ਅਵਸਥਾ ਵਿੱਚ ਰਹਿੰਦੇ ਹਨ। ਪ੍ਰਹਿਲਾਦ ਭਗਤ ਜੀ ਜਨ ਪਿਆਰੇ ਜਿਹੜੇ ਹੋਏ ਹਨ, ਇਹ ਤੇਰੀ ਸਰਨ ਨੂੰ ਆ ਕਰਕੇ ਜਦ ਪ੍ਰਾਪਤ ਹੋਏ ਪਰਮੇਸ਼ਰ, ਜਦੋਂ ਪਰਮੇਸ਼ਰ ਆਪ ਜੀ ਨੇ ਪੈਜ ਪ੍ਰਤੱਗਿਆ ਸਵਾਰ ਲਏ, ਬਣਾ ਕੇ ਰੱਖ ਲਏ, ਅਲਖ ਨਿਰੰਜਨ ਇੱਕੋ ਵਰਤ, ਉਹ ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ, ਲਖਣ ਤੋਂ ਰਹਿਤ ਹੈ।
ਸੋ ਸ਼ਕਤੀ ਵਰਤੀ ਦੁਆਰਾ ਉਹਦਾ ਕਥਨ ਨਹੀਂ ਕੀਤਾ ਜਾ ਸਕਦਾ। ਮਾਇਆ ਕਾਲ ਪੁਰ ਹੈ, ਸੋ ਸਰੂਪ ਹੈ, ਉਹ ਇੱਕੋ ਪਰਮੇਸ਼ਰ ਸਾਰਿਆਂ ਵਿੱਚ ਵਰਤ ਰਿਹਾ ਹੈ। ਮੁਰ ਆਲਕ ਮਿਹਨਤਾਂ ਨੂੰ ਮਾਰਨ ਵਾਲਾ ਉਹ ਇੱਕੋ ਜੋਤੀ ਸਰੂਪ ਵਾਹਿਗੁਰੂ ਹੈ। ਅਰੂੜ ਬਿਰਤੀ ਕਰਕੇ ਇਸਦਾ ਪਤਾ ਲੱਗਦਾ ਹੈ। ਸਾਰੇ ਮੰਗਦੇ ਹਨ ਪਰਮੇਸ਼ਰ ਵਾਹਿਗੁਰੂ, ਤੂੰ ਇੱਕੋ ਦਾਤਾ ਦੇਣ ਵਾਲਾ ਹੈ ਜੀਵਨ ਮੁਕਤੀ ਦੀਆਂ। ਹਾਥ ਪਸਾਰੇ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਪ੍ਰਤੱਖ ਹੱਥ ਅੱਡ ਕੇ ਵੀ ਤੇ ਮਨ ਦੇ ਸੰਕਲਪ ਤੇ ਵਿਕਲਪ ਰੂਪੀ ਹੱਥਾਂ ਨੂੰ ਅੱਡ ਕੇ ਸਾਰੀ ਦੁਨੀਆਂ ਮੰਗਦੀ ਤੇਰੇ ਪਾਸ। ਭਗਤ ਜਨਾ ਕੀ ਉਤਮ ਬਾਣੀ, ਪਰਮੇਸ਼ਰ ਦੇ ਪਿਆਰੇ ਭਗਤ ਦੇ ਉਤਮ ਸ੍ਰੇਸ਼ਟ ਬਾਣੀ ਹੈ। ਸੁਰਨ ਅਰਚਨ ਕੀ ਬਾਣੀ ਗਾਵੇ ਕੋਈ ਨਾ ਮਿਟਾ ਭਾਈ। ਗਾਵੇ ਅਕਥ ਕਥਾ ਨਿਤ ਨਿਆਰੀ, ਗਾਵੇ ਗਾਉਂਦੇ ਹਨ ਕਥਨ ਤੋਂ ਕਥਾ ਰਹਿਤ ਹੈ, ਨਿਤਾ ਪ੍ਰਤੀ ਨਿਆਰੀ ਅਨੋਖੀ ਹੈ। ਪਰਮੇਸ਼ਰ ਦੀ ਕਥਾ ਤੇ ਪਰਮੇਸ਼ਰ ਦੇ ਪਿਆਰਿਆਂ ਦੀ ਕਥਾ ਵੀ ਅਨੋਖੀ ਹੈ। ਉਹਦਾ ਰੂਪ ਹੋਣ ਕਰਕੇ ਨਿਰਗੁਣ ਕਥਾ ਕਥਾ ਹੈ ਹਰ ਕੇ, ਭਾਜਮਰ ਸੰਗਤ ਸਾਧੂ ਜਨ ਕੇ ਸਭ ਤੋਂ ਉਤਮ ਹਰ ਕੇ ਕਥਾ, ਨਾਮ ਸੰਤ ਦਰਦ ਦੁੱਖ ਲੱਥਾ। ਐਸੀ ਪਰਮੇਸ਼ਰ ਦੀ ਅਮੋਲ ਕਥਾ ਬਾਤੀ ਕਹਾਣੀਆਂ ਕਿਸਿਆਂ ਕਿਸਿਆਂ ਨਾਲੋ। ਸਫਲ ਜਨਮ ਭਇਆ ਤਿਨ ਕੇਰਾ, ਇਹਨਾਂ ਦਾ ਗੁਰੂ ਕੇ ਪਿਆਰੇ ਜਨਮ ਸਫਲ ਹੋ ਗਿਆ। ਆਪ ਤਰੇ ਕੁਲ ਤਾਰੀ, ਆਪ ਤਾਂ ਤਾਰੀ ਗਏ ਹੈ, ਬਾਕੀ ਕੁਲਾਂ ਵੀ ਤਾਰ ਦਿੱਤੀਆਂ ਭਗਤੀਆਂ ਨਾਲ ਕਈ ਕਿਸੇ ਕੋਲ ਉਧਾਰ। ਮਨਮੁਖ ਦੁਬਦਾ ਦੁਰਮਤ ਵਿਆਪੇ, ਜਿਹੜੇ ਮਨਮੁਖ ਲੋਕ ਹੈ ਉਹ ਚੁੱਪੇ ਪੁਣੇ ਵਿੱਚ ਪੈ ਕਰਕੇ ਖੋਟੀ ਮੱਤ ਵਿੱਚ ਹੀ ਲੱਗੇ ਰਹਿੰਦੇ ਹਨ ਹਰ ਵੇਲੇ। ਮੱਥਾ ਟੇਕੀਏ ਕਿ ਨਾ ਟੇਕੀਏ, ਅੰਮ੍ਰਿਤ ਛੱਕੀਏ ਕਿ ਨਾ ਛੱਕੀਏ, ਕਿੱਥੋਂ ਜਾ ਕਰਕੇ ਛੱਕੀਏ, ਕਿਹਦਾ ਅੰਮ੍ਰਿਤ ਚੰਗਾ ਹੈ, ਕਿਹਦਾ ਅੰਮ੍ਰਿਤ ਮਾੜਾ ਹੈ। ਇਹ ਦੁਬਦਾ ਪੁਣੇ ਵਿੱਚ ਪੈ ਕਰਕੇ ਕੋਈ ਪਹਾੜਾਂ 'ਚ ਮੱਥੇ ਮਾਰੀ ਜਾਂਦਾ ਹੈ, ਕੋਈ ਲਾਲ ਰੰਗ ਦੇ ਕੁੜਤੇ ਕੱਪੜੇ ਪਹਿਨ ਕਰਕੇ ਕਹਿੰਦਾ ਸਾਡੇ ਕੋਲ ਕਲਿਆਣ ਮਿਲਦੀ ਹੈ। ਸੋ ਗੁਰੂ ਕੇ ਪਿਆਰੇ ਐਸੇ ਪਖੰਡਵਾਦ ਵਾਲੇ ਜਿਹੜੇ ਲੋਕ ਹਨ ਉਹਨਾਂ ਮਗਰ ਲੱਗ ਕਰਕੇ ਮਨਮੁਖ ਲੋਕ, ਮਨਮੁਖ ਦੇ ਕੋਈ ਸਿੰਘ ਨਹੀਂ ਹੁੰਦੇ, ਕੋਈ ਪੂਛ ਨਹੀਂ ਹੁੰਦੀ, ਮਨਮੁਖ ਦੇ ਲੱਖਣ ਹੀ ਇਹ ਆ। ਗੁਰੂ ਕੇ ਪਿਆਰੇ ਜਿਹੜਾ ਆਪਣੇ ਮਨ ਨੂੰ ਮੁਖੀ ਸਮਝਦਾ, ਕਹਿੰਦਾ ਮੇਰੇ ਮਨ ਵਰਗਾ ਤਾਂ ਹੋਰ ਕੋਈ ਨਹੀਂ, ਮੇਰਾ ਮਨ ਮੰਨੇਗਾ ਤੇ ਅੰਮ੍ਰਿਤ ਛੱਕ ਲਵਾਂਗਾ। ਮੇਰਾ ਮਨ ਤਾਂ ਇਉਂ ਕਹਿੰਦਾ ਅਜੇ ਨਹੀਂ ਅੰਮ੍ਰਿਤ ਛੱਕਣਾ, ਅਜੇ ਨਹੀਂ ਪ੍ਰੀਤੀ ਛੱਡਣੀ, ਉਹਨੂੰ ਮਨਮੁਖ ਕਹਿੰਦੇ। ਜਿਹੜੇ ਮਨਮੁਖ ਲੋਕ ਹੈ ਉਹ ਦੁਬਦਾ ਵਿਚੁੱਤੇ ਪੁਣੇ ਚ ਲਾ ਕਰਕੇ ਤੇ ਦੁਰਮਤ ਖੋਟੀ ਮਾਤੇ ਚ ਵਿਆਪਦੇ ਹਨ, ਹਰ ਵੇਲੇ ਲੱਗਦੇ ਹਨ। ਜਿਨ ਅੰਤਰ ਮੋਹ ਗੁਬਾਰੀ, ਜਿਨ੍ਹਾਂ ਦੇ ਅੰਦਰ ਗੁਰੂ ਕੇ ਪਿਆਰੇ ਮੋਹ ਦਾ ਗਾੜਾ ਹਨੇਰਾ ਹੈ। ਸੰਤ ਜਨਾ ਕੀ ਸੰਤਾਂ ਮਹਾਤਮਾ ਦੀ ਕਥਾ ਕਰੇ ਚੰਗੀ ਲੱਗਦੀ ਨੀ, ਭਾਵੇਂ ਗੁਰੂ ਕੀ ਬਾਣੀ ਦੀ ਕਥਾ ਕਰਦੇ ਹੋ ਤਾਂ ਵੀ ਕਹਿੰਦੇ ਨਹੀਂ ਕਰਨੀ ਨੀ ਗੁਰਦੁਆਰੇ ਵਿੱਚ। ਹੋਏ ਡੁੱਬੇ ਸਣ ਪਰਿਵਾਰ, ਉਹ ਸਣੇ ਪਰਿਵਾਰ ਦੇ ਗੁਰੂ ਕੇ ਪਿਆਰੇ ਡੁੱਬਣ ਗਏ ਅੰਤ ਦੇ ਸਮੇਂ ਦੇ, ਡੁੱਬ ਗਏ ਪਿੱਛੇ ਜਿਨ੍ਹਾਂ ਨੇ ਨਿੰਦਿਆ ਕੀਤੀ ਆ ਪਿਆਰਿਆਂ ਦੀ ਗੁਰੂ ਕੀ ਬਾਣੀ ਦੇ। ਪਰਮੇਸ਼ਰ ਦੇ ਸੰਤ ਦੇ ਸ਼ਾਂਤ ਆਤਮਾ ਹਨ ਤੇ ਜਨਾ ਜਿਹੜੇ ਪਿਆਰੇ ਹਨ ਉਹਨਾਂ ਦੀ ਕਥਾ ਕਹਾਣੀਆਂ ਚੰਗੀਆਂ ਨੀ ਲੱਗਦੀਆਂ, ਸੁਣਨੀਆਂ ਪਸੰਦ ਨੀ ਕਰਦੇ ਤੇ ਕੰਨਾਂ ਵਿੱਚ ਐਵੇਂ ਸਤਾਇਰੀ ਆਵਾਜ਼। ਉਹ ਗੁਰੂ ਕੇ ਪਿਆਰੇ ਸਮੇਤ ਪਰਿਵਾਰ ਦੇ ਡੁੱਬ ਗਏ, ਜਿਹੜਾ ਆਪਣਾ ਦੈਵੀ ਸੰਪਦਾ ਪਰਿਵਾਰ ਸੀ ਇਸ ਦਾ ਤਿਆਗ ਕਰਕੇ ਆਖਰੀ ਸੰਪਦਾ ਦੇ ਪਰਿਵਾਰ ਦੇ ਸਹਿਤ ਹੋਣ ਕਰਕੇ ਗੁਰੂ ਕੇ ਪਿਆਰੇ ਸਾਰੇ ਡੁੱਬ ਗਏ ਅਗਿਆਨੀ। ਜਿਹੜੇ ਨਿੰਦਕ ਲੋਕ ਹਨ ਉਹ ਨਿੰਦਿਆ ਕਰਕੇ ਪਰਾਈ ਮਲ ਧੋਂਦੇ ਹਨ, ਮੈਲ ਨੂੰ ਧੋਂਦੇ ਹਨ, ਜਿਵੇਂ ਔਰ ਸਾਖੀ ਆਉਂਦੀ ਆ ਜਾਏ ਰਾਜੇ ਦੀ, ਉਹ ਨਿੰਦਿਆ ਨਾਲ ਹੀ ਰੂੜੀ ਖਾ ਗਏ ਸੀ ਨਿੰਦਕ ਸਾਰੇ। ਨਿੰਦਿਆ ਉਹਦਾ ਨਾਮ ਹੁੰਦਾ ਹੈ ਜੇ ਗਊ ਤੇ ਭੇੜ ਦੋ ਇਕੱਠੀਆਂ ਖੜੀਆਂ ਹਨ, ਗਊ ਨੂੰ ਭੇੜ ਕਹੀਏ ਤੇ ਭੇੜ ਨੂੰ ਗਊ ਕਹਿ ਦਈਏ, ਉਹਦਾ ਨਾਮ ਹੈ ਨਿੰਦਿਆ। ਅਣਹੋਈ ਚੀਜ਼ ਕਹਿ ਦੇਣੀ, ਤੇ ਜੇ ਸੱਚ ਹੈ ਗੁਰੂ ਕੇ ਪਿਆਰੇ ਸੱਚ ਕਹਿਣ ਤੋਂ ਸੰਕੋਚ ਨਹੀਂ ਕਰਨੀ, ਭਾਵੇਂ ਕਿੱਡਾ ਵੀ ਕੋਈ ਖੱਬੀ ਖਾਨ ਹੋਵੇ, ਉਹਦਾ ਨਾਮ ਨਿੰਦਿਆ ਨਹੀਂ ਹੁੰਦਾ। ਸੱਚ ਹੁੰਦਾ ਸੱਚ ਤੌੜਾ ਬਹੁਤ ਲੱਗਦਾ ਹਰ ਇੱਕ ਨੂੰ। ਨਿੰਦਕ ਨਿੰਦਾ ਕਰ ਮਲ ਧੋਵੈ, ਨਿੰਦਕ ਲੋਕ ਨਿੰਦਿਆ ਕਰਕੇ ਬਗਾਨੀ ਮੈਲ ਹੀ ਧੋਂਦੇ ਹਨ। ਉਹ ਮਲ ਭੱਖ ਮਾਇਆ ਧਾਰੀ, ਉਹ ਕਹਿੰਦੇ ਨਿੰਦਿਆ ਕਰਨ ਲੋਕ ਮੈਲ ਨੂੰ ਖਾਂਦਾ, ਭੱਖ ਖਾਂਦਾ ਤੇ ਮਾਇਆ ਧਾਰੀ ਜਿਹੜਾ ਹੈ, ਮਾਇਆ ਧਾਰੀ ਬਹੁਤ ਨਿੰਦਿਆ ਕਰਦਾ। ਸਾਧ ਵਿਹਲੇ ਤੁਰੇ ਫਿਰਦੇ ਆ, ਕਾਰਾਂ ਤੇ ਚੜੇ ਫਿਰਦੇ ਆ, ਇਹਨਾਂ ਨੂੰ ਕੀ ਲੋੜ ਸੀ ਕਾਰਾਂ ਦੀ, ਇਹਨਾਂ ਨੂੰ ਕੀ ਲੋੜ ਸੀ ਸੁੰਦਰ ਗੁਰਦੁਆਰੇ ਬਣਾਉਣ ਦੀ, ਕੀ ਲੋੜ ਸੀ ਇਹਨਾਂ ਨੂੰ ਇੰਨਾ ਪ੍ਰਚਾਰ ਕਰਨ ਦੀ। ਸੋ ਕਹਿੰਦੇ ਐਸੇ ਮਾਇਆ ਧਾਰੀ ਲੋਕ ਮਲ ਭੱਖ, ਉਹ ਗੁਰੂ ਕੇ ਪਿਆਰੇ ਮਾਇਆ ਨੂੰ ਪੱਖਰ ਕਰਦੇ ਹਨ। ਇਸੇ ਤਰ੍ਹਾਂ ਹੀ ਉਹ ਮਲ ਭੱਖ ਮਾਇਆ ਧਾਰੀ, ਸੋ ਗੁਰੂ ਕੇ ਪਿਆਰੇ ਬਗਾਨਿਆਂ ਦੀ ਨਿੰਦਿਆ ਕਰਨ ਰੂਪ ਇਸ ਮਾਇਆ ਨੂੰ ਖਾਂਦੇ ਹਨ। ਜਿਵੇਂ ਭਗਤ ਜੀ ਨੇ ਰਸਣਾ ਤੋਂ ਬਚਨ ਕਹੇ ਹੈ, ਨਿੰਦਕ ਹਮਰੇ ਕੱਪੜੇ ਧੋੜੇ, ਜਿਵੇਂ ਬਚਨ ਕਹੇ ਹਨ, ਸੋ ਗੁਰੂ ਕੇ ਪਿਆਰੇ ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਂ ਹਮਾਰਾ ਚੀਤ, ਨਿੰਦਕ ਸੋ ਜੋ ਨਿੰਦਾ ਲੋਰਾ ਹਮਰੇ, ਨਿੰਦਕ ਸੋ ਜੋ ਨਿੰਦਾ ਹੋ ਰਿਹਾ ਹੈ, ਇਹ ਬਚਨ ਭਗਤਾਂ ਨੇ ਗੁਰੂ ਕੇ ਪਿਆਰੇ ਕਹੇ ਹਨ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਿੰਦਕ ਲੋਕ ਹਨ, ਨਿੰਦਿਆ ਕਰਨ ਵਾਲੇ,
वो निंदा कर करके बगाना की मैल चुनते रहते हैं, जिन्होंने माया हरदे धारण की हुई है, दिन रात माया माए करते फिरते हैं। संतां महात्मा प्यारे की निंदा में हर वे दिन बतीत करते हैं, दिन रात होर कोई काम ही नहीं चाहता निंदा करने तो बिना, थावां थावां ते जा करके चुगलियां ते जोड़ दिता है की बिगाड़ लैणगे। सतगुरु जी कहिंदे ना उहनां दा उरवार आ लोक सुधरेगा ते ना पारी परलोक विच उहनां दा कितें भला होवेगा, मूंह काला होवेगा दोहां लोकां दे इस निंदकां दा। ਸੋ ਮਾਰੂਗੀ ਅਸਪਤ ਜਿਹੜੀ ਤੇਰਵੀਂ ਕਾਰਨ ਕੀਤੀ ਆ ਉਹ ਪੜ੍ਹ ਕੇ ਵੇਖੀ ਨਿੰਦਕ ਦੀ ਕੈਸੀ ਹਾਲਤ ਹੁੰਦੀ ਹੈ। ਸੰਤ ਤਾਂ ਨਿੰਦਕ ਮਹਾਂ ਅਤਤਾਈ, ਇਹ ਲੱਛਣ ਕਹਿਆ ਅਤਤਾਈ ਹੁੰਦਾ ਹੈ। ਸੋ ਸ਼ਸਤਰਹੀਣ ਕੋ ਮਾਰ ਆਗ ਲਗਾਏ ਦਿੱਖ ਦੇ ਰਹੀ, ਸ਼ਸਤਰਹੀਣ ਕੋ ਮਾਰ ਧਰ ਭੂਮੀ ਇਸਤਰੀ ਰਹਿ ਅਤਤਾਈ ਦੋਏ ਚਾਰ।